स्नेहा धीर सांझा पंजाब टीवी अमृत हर साल की तरह इस साल भी शहीद जी महाराज जी का 675वां प्रकाश उत्सव बहुत श्रद्धा से उत्साह नाल मनाया जा रहा है। समूह इलाका वासी निवासियों वालों मनाया जा रहा है। इस बीच दे लंगर लगाए गए ने दिन भर अटुट मनाया जा रहा है। किन्ना भंडारा लगाया जा रहा है? 675वां है। 675वां नहीं नहीं जी कबीर ਲਾਕਰ ਵਾਸੀਆਂ ਦੀ ਅਤੇ 11 ਦੋਸਤਾਂ ਦੀ ਕਬੀਰ ਸਾਹਿਬ ਵਾਸਤੇ ਸ਼ਰਧਾ ਉਸ ਸ਼ਰਧਾ ਭਾਵ ਨਾਲ ਹੀ ਇਹ ਸਾਰਾ ਮੁੰਡੇ ਜਿੰਨੇ ਵੀ ਨੇ ਸਾਰੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਹਰ ਸਾਲ ਕਬੀਰ ਸਾਹਿਬ ਦੇ ਪ੍ਰਕਾਸ਼ ਉਤਸਵ ਦੇਣ ਹੀ ਲੱਗ। ਕਿਹੜੇ ਕਿਹੜੇ ਮੈਂਬਰਾਂ ਦੇ ਕੁਛ ਨਾਮ ਬੋਲੋਗੇ? ਇਹਦੇ 'ਚ ਮੈਂ ਆਪ ਦਰਿਆਲ ਭਗਤ ਹੈ, ਸ਼ਿਵਦਿਆਲ ਭਗਤ ਹੈ, ਆਪਣਾ ਸੁਨੀਲ ਕੁਮਾਰ ਜੀ ਨੇ, ਪ੍ਰਵੀਨ ਕੁਮਾਰ ਜੀ ਨੇ, ਸੁਰਿੰਦਰ ਸਿੰਘ ਜੀ ਨੇ, ਪ੍ਰਸੇਮ ਆਪਣਾ ਪ੍ਰਸੇਮ ਕੁਮਾਰ ਜੀ ਅਸੋ ਜੀ ਨੇ, ਸਾਹਿਲ ਭਗਤ ਨੇ, ਨਰਿੰਦਰ ਕੁਮਾਰ ਜੀ, ਤਾਰਾ ਚੰਦ ਜੀ, ਸਾਰੇ ਮੁੰਡੇ ਮਤਲਬ ਬਹੁਤ ਵਧੀਆ ਸੇਵਾ ਕਰਦੇ ਨੇ ਅਤੇ ਕਿਸੇ ਕੋਲੋਂ ਵੀ ਕੋਈ ਅਸੀਂ ਸੇਵਾ ਭਾਵਨਾ ਦੀ ਆਸ ਨਹੀਂ ਰੱਖਦੇ, ਸ਼ਰਧਾ ਨਾਲ ਲਗਾਉਂਦੇ ਹਾਂ। ਇੱਕ ਛੋਟਾ ਜਿਹਾ ਮੈਸੇਜ ਆਇਆ ਜਾ ਰਿਹਾ ਜਿੱਦਾਂ ਕਿ ਪਬਲਿਕ ਜਿਹੜਾ ਦਿਨ ਪੇ ਦਿਨ ਮਾਹੌਲ ਖਰਾਬ ਹੋ ਰਿਹਾ ਅੰਮ੍ਰਿਤਸਰ ਦੇ, ਅਤੇ ਉਹਦੇ ਬਾਰੇ ਤੁਸੀਂ ਕੀ ਪਬਲਿਕ ਨੂੰ ਮੈਸੇਜ ਦੇਣਾ ਚਾਹੋਗੇ? ਗੁਰੂ ਮਹਾਰਾਜ ਨੇ ਵੀ ਇਹੀ ਕਿਹਾ ਕਿ ਪਿਆਰ ਨਾਲ ਰਹੋ, ਸਮੂਹ ਪੰਜਾਬ ਆਪਣਾ ਇਲਾਕਾ ਨਿਵਾਸੀਆਂ ਨੂੰ, ਅੰਮ੍ਰਿਤਸਰ ਨਿਵਾਸੀਆਂ ਨੂੰ ਸਾਰੇ ਧਰਮਾਂ ਦੇ ਜਿਹੜੇ ਪਰਵ ਹੈ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਨੇ ਅਤੇ ਪਿਆਰ ਨਾਲ ਮਨਾਉਣਾ ਚਾਹੀਦਾ, ਨਫ਼ਰਤ ਨਹੀਂ ਕਰਨੀ। ਇਹ ਤੋਂ ਹੀ ਗੁਰੂ ਮਹਾਰਾਜ ਦੀ ਸੇਵਾ ਵਿੱਚ ਸਰੀਰ ਦੇ ਲੰਗਰ ਲਗਾਏ ਜਾ ਰਹੇ ਨੇ, ਕੜੀ ਚੋਲ ਲਗਾਈ ਜਾਏਗੀ ਅਤੇ ਨਾਲ ਗੋਲਗੱਪੇ ਵਗੈਰਾ ਲਗਾਏ ਜਾਣਗੇ ਅਤੇ ਕੜਾਹ ਪ੍ਰਸ਼ਾਦ ਹੀ ਦੇਖ ਲਓ।